ਦੇਸ਼ ਭਰ ਵਿੱਚ ਵਧ ਰਹੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸੰਬੰਧੀ ਅੱਜ ਅੰਮ੍ਰਿਤਸਰ ਦੇ ਇੱਕ ਪੈਟਰੋਲ ਪੰਪ ਮਾਲਕ ਜੋਗਿੰਦਰ ਢਿੰਗਰਾ ਦੇ ਵੱਲੋਂ ਆਪ ਬੀਤੀ ਸੁਣਾਉਂਦੇ ਦੱਸੇਗਾ ਕਿ ਸਰਕਾਰਾਂ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਦਾ ਪੂਰਾ ਸਿਸਟਮ ਕੰਪਨੀ ਦੇ ਹੱਥ ਦੇ ਵਿੱਚ ਦੇ ਦਿੱਤਾ ਗਿਆ। ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਦੇ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਘੱਟ ਵੱਧ ਹੁੰਦੀਆਂ ਰਹਿੰਦੀਆਂ ਨੇ। ਜੇਕਰ ਸਰਕਾਰਾਂ ਵੈਟ ਅਤੇ ਐਕਸਾਈਜ਼ ਵਿੱਚ ਕਟੌਤੀ ਕਰਨ ਫਿਰ ਹੀ ਤੇਲ ਦੀਆਂ ਕੀਮਤਾਂ ਵਿੱਚ ਕੁਝ ਰਾਹਤ ਮਿਲ ਸਕਦੀ ਹੈ। ਉਹਨਾਂ ਕਿਹਾ ਕਿ ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਚੱਲਦੇ ਸਾਨੂੰ ਇੱਕ ਟੈਂਕਰ 6 ਲੱਖ ਦੀ ਜਗ੍ਹਾ 11 ਲੱਖ ਰੁਪਏ ਦਾ ਖਰੀਦਣਾ ਪੈ ਰਿਹਾ। ਉਹ ਤੋਂ ਵਰਕਰਾਂ ਦੇ ਖਰਚੇ, ਬਿਜਲੀ ਦੇ ਖਰਚੇ ਅਲੱਗ ਤੋਂ ਹਨ। ਇਸ ਦੇ ਚੱਲਦੇ ਨਾ ਤਾਂ ਕੋਈ ਕੰਪਨੀ ਕਮਿਸ਼ਨ ਵਧਾ ਰਹੀਆਂ ਨੇ ਅਤੇ ਨਾ ਹੀ ਕੋਈ ਕ੍ਰੈਡਿਟ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਕੰਪਨੀਆਂ ਘੱਟੋ ਘੱਟ 3 ਦਿਨ ਦੀ ਕ੍ਰੈਡਿਟ ਸਹੂਲਤ ਜ਼ਰੂਰ ਦੇਣ, ਇਸ ਦੇ ਨਾਲ ਅਸੀਂ ਥੋੜ੍ਹੀ ਰਾਹਤ ਮਹਿਸੂਸ ਕਰੀਏ। ਬੀਤੇ ਕੁਝ ਸਮੇਂ ਤੋਂ ਪੈਟਰੋਲ ਪੰਪ ਮਾਲਕ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ, ਜਿਸ ਦੇ ਚੱਲਦੇ ਸਰਕਾਰ ਅਤੇ ਕੰਪਨੀ ਨੂੰ ਇਸ ਵੱਲ ਸਮਾਂ ਰਹਿੰਦੇ ਵਿਚਾਰ ਕਰਨਾ ਚਾਹੀਦਾ। ਹਾਂਜੀ, ਆਪਣਾ ਨਾਮ ਦੱਸ ਕੇ ਜੀ। ਮੇਰਾ ਨਾਮ ਜੋਗਿੰਦਰ ਢੀਂਗਰਾ ਜੀ। ਸਰ, ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਦਿਨ ਤੋਂ ਦਿਨ ਰੇਟ ਆਸਮਾਨ ਨੂੰ ਛੂ ਰਹੇ ਨੇ ਡੀਜ਼ਲ ਦੇ ਪੈਟਰੋਲ ਦੇ? ਦਿਨ ਤੋਂ ਦਿਨ ਜਿਹੜੇ ਰੇਟ ਆਸਮਾਨ ਤੋਂ ਛੂ ਰਹੇ ਹੈ, ਸਰਕਾਰ ਨੇ ਇਹਨੂੰ ਰੇਟਾਂ ਨੂੰ ਆਪਣੇ ਕੋਲੋਂ ਡੀਕੰਟਰੋਲ ਕਰਕੇ ਕੰਪਨੀਆਂ ਦੇ ਉੱਤੇ ਪਾ ਦਿੱਤਾ। ਹੁਣ ਕੰਪਨੀਆਂ ਜਿਹੜਾ ਰੇਟ ਵਧਾਉਂਦੀਆਂ, ਇਹ ਇੰਟਰਨੈਸ਼ਨਲ ਮਾਰਕੀਟ ਦੇ ਮੁਤਾਬਕ ਬਣਾਉਂਦੀਆਂ। ਇੰਟਰਨੈਸ਼ਨਲ ਮਾਰਕੀਟ ਜਿੰਨੋਂ ਵੱਧਦੀ ਹੈ ਉਦੋਂ ਇਹ ਰੇਟ ਵਧਾ ਦਿੰਦੇ ਆ, ਜਦੋਂ ਇੰਟਰਨੈਸ਼ਨਲ ਮਾਰਕੀਟ ਘੱਟਦੀ ਹੈ ਰੇਟ ਘੱਟ ਜਾਂਦਾ। ਬਟ ਹੁਣ ਪ੍ਰੋਬਲਮ ਇਹ ਹੈ ਕਿ ਜਿਹੜਾ ਰੇਟ ਵਧਣ ਦੇ ਵਿੱਚ ਰਿਲੀਫ ਤਾਂ ਸਰਕਾਰਾਂ ਨੇ ਦੇਣੀ ਹੈ। ਰਿਲੀਫ ਉਹਦੇ ਉੱਤੇ ਐਕਸਾਈਜ਼ ਡਿਊਟੀ ਆ, ਉਹਦੇ ਉੱਤੇ ਵੈਟ ਆ। ਜੇ ਆਪਣੀ ਐਕਸਾਈਜ਼ ਡਿਊਟੀ ਅਤੇ ਵੈਟ ਘੱਟ ਜਾਊਗੀ ਤਾਂ ਇਹ ਆਟੋਮੈਟਿਕਲੀ ਆ ਜਿਹੜਾ ਉਹ ਤੁਹਾਡਾ ਰੇਟ ਘੱਟ ਜਾਏਗਾ, ਚਾਹੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਰੇਟ ਵੱਧ ਵੀ ਗਿਆ। ਹੁਣ ਵੈਟ ਇੱਥੇ ਵੀ ਬਹੁਤ ਜ਼ਿਆਦਾ, ਜੇ ਇਹਦਾ ਬੇਸਿਕ ਰੇਟ ਵੇਖਿਆ ਜਾਵੇ ਤਾਂ ਉਹਦੇ ਵੀ 25 ਰੁਪਏ ਲੀਟਰ, ਬਾਕੀ ਤਾਂ ਸਾਰੇ ਟੈਕਸ ਲੈਣ ਡੀਆਂ ਸਰਕਾਰਾਂ ਆਪਣੀ ਸਰਕਾਰ ਚੱਲਣ ਵਾਸਤੇ। ਜਿੱਥੇ ਜਿੱਥੇ ਵੇਖੋ ਇਹ ਰੇਟ ਵਧਣ ਨਾਲ ਕਸਟਮਰ 'ਤੇ ਬੋਝ ਪੈਂਦਾ, ਉਹਦਾ ਸਭ ਤੋਂ ਜ਼ਿਆਦਾ ਇਫੈਕਟ ਪੰਪ ਚਲਾਉਣ ਵਾਲੇ ਮਾਲਕ 'ਤੇ ਪੈਂਦਾ। ਸਰ, ਜਿੰਨਾ ਲੋਕਡਾਊਨ ਲੱਗਾ ਸੀ, ਕਰੋਨਾ ਕਾਲ ਕਾਫੀ ਚੱਲ ਰਿਹਾ ਸੀ, ਉਹਦੇ ਨਾਲ ਤੁਹਾਡੇ ਖਰਚੇ ਕਿੱਦਾਂ ਨਿਕਲੇ ਸੀ ਬਿੱਲਾਂ ਦੇ? ਉਦੋਂ ਸਭ ਨੇ ਆਪਣੇ ਘਰਾਂ 'ਚੋਂ ਖਰਚੇ ਦਿੱਤੇ ਔਰ ਆਪਣੇ ਘਰਾਂ 'ਚੋਂ ਖਰਚੇ ਦੇ ਕੇ ਆਪਣੇ ਮੁਲਾਜ਼ਮਾਂ ਨੂੰ ਸੰਭਾਲ ਕੇ ਰੱਖਿਆ। ਉਹਨਾਂ ਨੂੰ ਈਵਨ ਸਾਰਾ ਰੋਟੀ ਪਾਣੀ ਹਰ ਖਰਚਾ ਉਹਨਾਂ ਨੂੰ ਦਿੱਤਾ, ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ, ਉਹਨਾਂ ਨੂੰ ਹਰ ਚੀਜ਼ ਫੈਸਿਲਿਟੀ ਦਿੱਤੀ ਹੈ ਤਾਂ ਕਿ ਕੱਲ੍ਹ ਨੂੰ ਇਹ ਵਿਚਾਰੇ ਇੱਥੋਂ ਚਲੇ ਗਏ ਜਾਂ ਸਾਡੇ ਨੂੰ ਛੱਡ ਗਏ, ਅੱਜ ਦੁੱਖ ਦੀ ਘੜੀ ਆ ਅਤੇ ਅਸੀਂ ਸਾਰਿਆਂ ਦਾ ਸਾਥ ਜਿਹੜਾ ਦੇਣਾ, ਅਸੀਂ ਆਪਣੀ ਮੁਲਾਜ਼ਮਾਂ ਦਾ ਧਿਆਨ ਦਿੱਤਾ ਔਰ ਉਹਨਾਂ ਨੇ ਵੀ ਆਪਣੀ ਜਾਨ ਖੇਡ ਕੇ ਸਾਡੇ ਪੰਪਾਂ 'ਤੇ ਕੰਮ ਕੀਤਾ ਔਰ ਉਹਨਾਂ ਨੇ ਲੋਕਾਂ ਦੇ ਸੇਵਾ ਕੀਤੀ। ਜਿੱਥੇ ਵੇਖੋ ਕਦੀ ਵੀ ਕੋਈ, ਜਿੱਥੇ ਕਰੋਨਾ ਦੀ ਕੋਈ ਬੰਦਾ ਲੰਘ ਜਾਵੇ ਲੋਕ ਛੱਡ ਕੇ ਦੂਰ ਭੱਜ ਜਾਂਦੇ, ਉਹਦੇ ਰਿਸ਼ਤੇਦਾਰ ਭੱਜ ਜਾਂਦੇ ਆ, ਔਰ ਕਰੋਨਾ ਦੀਆਂ ਲਾਸ਼ਾਂ ਦੀਆਂ ਗੱਡੀਆਂ ਸਾਡੇ ਪੰਪਾਂ 'ਤੇ ਆਉਣੀਆਂ ਔਰ ਉਹਨਾਂ ਨੂੰ ਉਹਨਾਂ ਨੇ ਉਹ ਗੱਡੀਆਂ ਦੇ ਵਿੱਚ ਤੇਲ ਪਾਉਣਾ, ਕੋਈ ਛੋਟੀ ਗੱਲ ਨਹੀਂ। ਜਿੱਥੇ ਉਹ ਲੋਕਾਂ ਦੇ ਆਪਣੇ ਬੱਚੇ ਭੱਜ ਕੇ, ਜਿਹੜਾ ਕੋਈ ਕਰੋਨਾ 'ਚ ਡੈਥ ਹੁੰਦੀ ਹੈ, ਪਰ ਉਹ ਕਰੋਨਾ ਦੇ ਬੰਦਿਆਂ ਦੀਆਂ ਲਾਸ਼ਾਂ ਦੀਆਂ ਗੱਡੀਆਂ 'ਚ ਤੇਲ ਪਾਉਂਦੇ ਰਹੇ ਆਪਣੀ ਜਾਨ ਖੇਡ ਕੇ। ਸਰਕਾਰਾਂ ਕੋਲ ਕੀ ਮੰਗ ਕਰੇ? ਦੇਖੋ, ਸਰਕਾਰ ਕੋਲ ਤਾਂ ਸਾਡੀ ਇਹ ਮੰਗ ਹੈ, ਸਾਡੀ ਕੇਂਦਰੀ ਸਰਕਾਰ ਨੂੰ ਵੀ, ਕੇਂਦਰੀ ਮੰਤਰੀ ਨੂੰ ਵੀ ਸਾਡੀ ਇਹ ਮੰਗ ਹੈ ਵੀ ਕਾਇੰਡਲੀ ਸਾਡੇ ਡੀਲਰਾਂ 'ਤੇ ਜ਼ਿਆਦਾ ਧਿਆਨ ਦਿੱਤਾ ਜਾਵੇ, ਜਿਹੜੇ ਕਰਜ਼ੇ ਦੇ ਥੱਲੇ ਦੱਬੀ ਜਾ ਰਹੇ ਆ। ਸਾਡੀ ਇਨਵੈਸਟਮੈਂਟ ਬਹੁਤ ਵੱਧ ਗਈ ਆ, ਸਾਡੀ ਕਮਿਸ਼ਨ ਬਿਲਕੁਲ ਉੱਥੇ ਦੀ ਉੱਥੇ ਸਟਿਲ ਉੱਥੇ ਖੜ੍ਹੀ ਆ, ਅਸੀਂ ਬੈਂਕਾਂ ਦੇ ਕਰਜ਼ਿਆਂ ਦੇ ਥੱਲੇ ਆ ਗਏ ਹਾਂ। ਜੇ ਕੰਪਨੀ ਸਾਨੂੰ ਕੋਈ ਰਿਲੀਫ ਦਿੰਦੀ ਹੈ ਤਾਂ ਅਸੀਂ ਉਹ ਕਹਿੰਦੇ ਹਾਂ ਵੀ ਸਾਡੀ ਕੰਪਨੀ ਜਿਹੜੀ ਜਾਂ ਤਾਂ ਸਾਨੂੰ ਫਰੀ ਕ੍ਰੈਡਿਟ ਫੈਸਿਲਿਟੀ ਦੇਵੇ। ਅਸੀਂ ਕੰਪਨੀਆਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਵੀ ਸਾਨੂੰ ਫਰੀ ਕ੍ਰੈਡਿਟ ਫੈਸਿਲਿਟੀ 3 ਕੁ ਦਿਨ ਦੀ ਦੇ ਦਿਓ ਤਾਂ ਕਿ ਸਾਡੀ ਕੁਛ ਜਾਨ ਸੌਖੀ ਹੋ ਜਾਵੇ। ਬਟ ਕੰਪਨੀ ਵੀ ਉਹਦੇ ਉੱਤੇ ਸਾਡੇ ਕੋਲੋਂ ਵਿਆਜ ਚਾਰ ਕਰਦੀ ਹੈ। ਅਸੀਂ ਕਹਿੰਦੇ ਵੀ ਸਾਡੀ ਕਮਿਸ਼ਨ ਵਧਾ ਦਿਓ ਤਾਂ ਕਿ ਸਾਡੀ ਕਮਿਸ਼ਨ ਵਧਣ ਨਾਲ ਜਿਹੜੇ ਸਾਡੇ ਬੈਂਕਾਂ ਦੇ ਵਿਆਜ ਵੱਧ ਗਏ ਆ, ਜਿਹੜੇ ਸਾਡੇ ਬਿਜਲੀ ਦੇ ਬਿੱਲ ਵੱਧ ਗਏ ਆ, ਜਿਹੜੀਆਂ ਅਸੀਂ ਫਰੀ ਫੈਸਿਲਿਟੀਆਂ ਦੇਣੀਆਂ ਪੰਪਾਂ 'ਤੇ, ਅਸੀਂ ਉਹ ਪੂਰੀਆਂ ਕਰ ਸਕੀਏ, ਅਸੀਂ ਆਪਣੇ ਬੱਚਿਆਂ ਦੀਆਂ ਘਰ ਆਪਣੇ ਘਰ ਦੇ ਗੁਜ਼ਾਰੇ ਕਰ ਸਕੀਏ, ਬੱਚੇ ਦੀਆਂ ਸਕੂਲਾਂ ਦੀਆਂ ਫੀਸਾਂ ਦੇ ਸਕੀਏ, ਕੀ ਕਰੀਏ। ਮੈਂ ਤਾਂ ਇਹੋ ਹੀ ਅੱਗੇ ਗੱਲ ਵੀ ਮੈਂ ਕੱਲ੍ਹ ਅੱਗੇ ਵੀ ਸਾਡੀ ਪੈਟਰੋਲੀਅਮ ਐਸੋਸੀਏਸ਼ਨ ਦੀ ਜਦੋਂ ਮੀਟਿੰਗ ਹੋਈ ਸੀ ਉਦੋਂ ਵੀ ਇਹੋ ਹੀ ਗੱਲ ਚੱਲੀ ਸੀ। ਅਸੀਂ ਆਪਣਾ ਸਾਰਾ ਪੱਖ ਆਲ ਇੰਡੀਆ ਪੈਟਰੋਲੀਅਮ ਐਸੋਸੀਏਸ਼ਨ ਦੇ ਅੱਗੇ ਵੀ ਰੱਖਿਆ ਸੀ ਔਰ ਅਸੀਂ ਆਪਣਾ ਪੱਖ ਕੰਪਨੀਆਂ ਦੇ ਅੱਗੇ ਵੀ ਰੱਖਿਆ ਵਾ ਔਰ ਅਸੀਂ ਕੰਪਨੀਆਂ ਦੇ ਆਪਣੇ ਡਾਇਰੈਕਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਕਾਇੰਡਲੀ ਇਹਦੇ ਉੱਤੇ ਸਾਡਾ ਧਿਆਨ ਕੀਤਾ ਜਾਵੇ। ਜਿੱਥੇ ਜਿੱਥੇ ਕਸਟਮਰ ਪਿਸਦਾ ਉਹਦਾ ਸਭ ਤੋਂ ਵੱਡਾ ਲੋਸ ਜਿਹੜਾ ਵਾ ਡੀਲਰ ਨੂੰ ਵੀ ਹੁੰਦਾ ਔਰ ਅਸੀਂ ਬੜੇ ਵਿਆਜਾਂ ਦੇ ਥੱਲੇ ਆ ਗਏ ਔਰ ਕਈ ਪੰਪ ਐਸੇ ਨੇ ਅੱਜ ਦੇ ਡੇਟ ਦੇ ਵਿੱਚ ਜਿਨ੍ਹਾਂ ਕੋਲ ਪੈਸਾ ਨਹੀਂ ਹੈਗਾ ਆਪਣਾ ਪੈਟਰੋਲ ਅਤੇ ਡੀਜ਼ਲ ਲਿਆਉਣ ਵਾਸਤੇ, ਕਿਉਂਕਿ ਜਿਹੜੀ ਗੱਡੀ ਅੱਗੇ 6 ਲੱਖ ਦੀ ਆਉਂਦੀ ਸੀ ਉਹ ਗੱਡੀ ਅੱਜ 11-12 ਲੱਖ ਦੀ ਆਉਣੀ ਸ਼ੁਰੂ ਹੋ ਗਈ ਆ ਔਰ ਕਿੱਥੋਂ ਲਿਆਉਣ ਪੈਸੇ, ਲਿਮਿਟ ਵੱਧ ਜਾਂਦੀ ਆ, ਵਿਆਜ ਵੱਧ ਜਾਂਦਾ, ਜਿੰਨਾ ਕੁ ਅਸੀਂ ਕਮਾਉਂਦੇ ਹੋ ਬੈਂਕਾਂ ਵਾਲੇ ਲੈ ਜਾਂਦੇ। ਸਰਕਾਰਾਂ ਨੂੰ ਕੁਝ ਡੀਲਰਾਂ ਬਾਰੇ ਸੋਚਣਾ ਚਾਹੀਦਾ? ਉਹ ਡੀਲਰਾਂ ਬਾਰੇ ਨਾ ਸੋਚਣਗੇ ਤਾਂ ਡੀਲਰ ਸੁਸਾਈਡ ਵੱਲ ਤੁਰ ਪੈਣਗੇ। ਜਦੋਂ ਬੰਦਾ ਅੰਡਰ ਡਿਪਰੈਸ਼ਨ ਆ ਜਾਏਗਾ, ਜਦੋਂ ਉਹਦੇ ਘਰ ਦਾ ਖਰਚਾ ਨਹੀਂ ਕਰੂਗਾ, ਜਾਂ ਤਾਂ ਉਹ ਪੰਪ ਵੇਚੂਗਾ, ਜੇ ਪੰਪ ਨਹੀਂ ਵਿਕੂਗਾ ਤਾਂ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਗਵਾ ਬੈਠੂਗਾ। ਰਾਜਪੁਰੇ ਵੀ ਇਹੋ ਕੁਛ ਹੋਇਆ ਅੱਗੇ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।